बिस्मिल्लाहिर्रहमानिर्रहीम। अस्सलामुअलैकुम जी वीरो दोस्तों, प्यारे और मित्रों, सजनों, की हाल है? उम्मीद करना खैर खरीत ना हो गए। तो अज का भी लोग असी करा के शुरू। मैं हूँ जा रहा वहाँ बच्चे छड़न, तरह हसा बैठे हुए ने, हसन पिछे रुस के बैठा होया ना, मैं अज स्कूल नहीं जाना। फिर यार क्या भी चुक के बैठा लिया उन्होंने सीट पर, चल भाई स्कूल तो जाना ही जाना, स्कूल में कोई माफ़ी नहीं पढ़ाई में। तो हूँ असी जा रहे हैं इन्हों बच्चे छड़ा गया स्कूल, तो उस तो बाद आवागा फार्म से, फिर उत बनावे वीडियो अंडे की वेखा के सूरत हाल तू भी दिखावे। तो जे करिए मौसम की गल, तो मौसम अज है ये बारिश का, बदल ने सूरज नहीं निकलिया तो बारिश उन्हें दसी हुई है, ऐसा मैं तुम देख सकते हैं बदल ही। हूँ असी समुद्री पहुँच के स्कूल पहुँच के तुम भी दिखावे, तो बच्चे छड़ रहे हैं, मिलने हैं समुद्री जहाज। लो जी प्यारे, असी हूँ चढ़ गए हाँ समुद्री रोड पर, मेन रोड पर जो तानले वाला रोड है। तो बारिश हो गई शुरू, हल्की किनमिन हो रही है, सामने स्क्रीन तो तुम देख सकते हैं। तो फुल बारिश वाला बड़ा प्यारा मौसम है, सर्दी नहीं है, लेकिन ठंडा है मौसम। तो हम सब तो पहले पवा के पेट्रोल है, पेट्रोल साढ़ा खत्म, तो उस बाद फिर स्कूल छड़ गए। नींद आ रही है करो पुत्रां दे। लो जी प्यारे, बच्चों ला दिता स्कूल है, तो हूँ यार के जा रहे हैं फार्म पर, क्योंकि इस टाइम हो जाए लेट, दो तीन चक्कर जोड़े वो बच जाते हैं, इस वजह तो जाके फिलहाल हूँ मैंने की अपडेट है अंडे की। अभी मौसम भी ठंडा, जिदन मौसम ठंडा हो उदन सेलमैन टाइम नहीं पहुँच जाता, जाके दिखाने फार्म। लो जी प्यारे, फार्म ते पहुँच गए हैं, तो हूँ फार्म के अंदर की अपडेट तुम दें। फिलहाल मौसम चेक करो तुम, हर पास एक जहा बदल होया पे, फार्म ते जे आके कहने की अपडेट है। अंडे भेजने ने अंदर रख। लो जी बारिश का मौसम है, तो बारिश हो गई है शुरू, है किन मिन लगी हुई है, बारिश पै रही है वाहवा देर दी, तो किन मिन लगी है, तो सेलमैन बारिश हुई तो कोई नहीं आने, बारिश रुकेगी तो फिर सेलमैन आने। मौसम बड़ा प्यारा कर दिता अल्लाह ताला ने, दूसरा रमजान है तो मौसम ठंडा माशाल्लाह सुकून। लो जी प्यारे, यार के हूँ जा रहे हैं समुद्री, तो समुद्री एक दो काम ने वो करा, तो उस तो बाद फैसलाबाद जाना सुजुकी शोरूम, तो छोटी गड्डी आल्टो का तेल चेंज करावे, तो
ਇਹਦੀ ਲਾਈਨਮੈਨ ਚੈੱਕ ਕਰਾਉਣੀ ਹੈ, ਵੀਲ ਬੈਲਸਿੰਗ ਕਰਵਾਉਣੀ ਹੈ, ਟਿਊਨਿੰਗ ਸ਼ੂਨਿੰਗ ਕਰਵਾਵਾਂਗੇ ਅਤੇ ਵੀਡੀਓ ਤੁਹਾਨੂੰ ਪੂਰੀ ਦਿਖਾਵਾਂਗੇ ਫੈਸਲਾਬਾਦ ਦੇ ਸਫ਼ਰ ਦੀ, ਅਤੇ ਵੀਡੀਓ ਨਾਲ ਜੁੜੇ ਰਹਿਣਾ। ਲਓ ਜੀ ਪਿਆਰਿਓ, ਅਸੀਂ ਹੁਣ ਨਿਕਲ ਗਏ ਹਾਂ ਸਮੁੰਦਰੀਆਂ ਅਤੇ ਜਾ ਰਹੇ ਹਾਂ ਫੈਸਲਾਬਾਦ, ਅਤੇ ਮੌਸਮ ਦੀ ਇਹ ਸੂਰਤ ਹਾਲ ਹੈ, ਧੁੱਪ ਹੋਣ ਲੱਗੀ ਹੋਈ ਹੈ, ਫੁੱਲ ਸੁਬਾਹ ਹੋ ਰਹੀ ਸੀ ਬਾਰਿਸ਼, ਅਤੇ ਹੁਣ ਅੱਲਾ ਪਾਕ ਨੇ ਸੂਰਜ ਕੱਢ ਦਿੱਤਾ ਅਤੇ ਧੁੱਪ ਫੁੱਲ ਲੱਗੀ ਹੋਈ ਹੈ। ਸਮੁੰਦਰੀ ਤੋਂ ਫੈਸਲਾਬਾਦ ਰੋਡ ਹੈ, ਫੈਸਲਾਬਾਦ ਜਾ ਕੇ ਸਬੂਕੀ ਵਾਲਿਆਂ ਦੇ ਸ਼ੋਰੂਮ 'ਤੇ ਜਿਹੜਾ ਕਿਨਾਰ ਰੋਡ 'ਤੇ ਆ ਉੱਥੋਂ ਗੱਡੀ ਦਾ ਕਰਵਾ ਕੇ ਕੰਮ, ਅਤੇ ਹੁਣ ਫੈਸਲਾਬਾਦ 'ਚੋਂ ਪਹੁੰਚ ਕੇ ਦਿਖਾਉਂਦੇ। ਲਓ ਜੀ ਪਿਆਰੇ ਹੋ, ਯਾਰ ਕੇ ਪਹੁੰਚ ਗਏ ਨੇ ਹੁਣ ਡਿਚਕੋਟ, ਅਤੇ ਇਹ ਡਿਚਕੋਟ ਸ਼ਹਿਰ ਹੈ, ਪਰਦੇਸੀ ਵੀਰ ਵੀ ਵੇਖ ਸਕਦੇ ਨੇ ਜਿਹੜੇ ਕੋਈ ਡਿਚਕੋਟ ਦੇ ਨੇ। ਇਹ ਫੈਸਲਾਬਾਦ ਰੋਡ 'ਤੇ ਡਿਚਕੋਟ ਸ਼ਹਿਰ ਆ ਗਿਆ। ਸਾਹਮਣੇ ਸਾਡੇ ਆ ਗਿਆ ਜੀ ਰੋਸ਼ਨ ਵਾਲਾ ਬਾਈਪਾਸ, ਇਹਨੂੰ ਸਰਦਾਰ ਬਾਈਪਾਸ ਕਹਿੰਦੇ ਨੇ। ਇਹ ਰਾਈਟ ਸਾਈਡ 'ਤੇ ਜਿਹੜੀ ਸੜਕ ਹੈ ਉਹ ਚੜੀ ਜਾਂਦੀ ਹੈ ਜਿਹੜਾ ਵਾਲੇ ਰੋਡ ਨੂੰ ਸਤਿਆਣਾ ਰੋਡ, ਅਤੇ ਜਿਹੜੀ ਲੈਫਟ ਸਾਈਡ ਇੱਥੋਂ ਨਿਕਲ ਰਹੀ ਹੈ ਖੱਬੇ ਪਾਸੇ ਉਹ ਨਿਕਲ ਰਿਹਾ ਜੀ ਏਅਰਪੋਰਟ ਨੂੰ ਅਤੇ ਸਰਦਾਰ ਮੰਡੀ ਨੂੰ, ਇਹ ਜਿਹੜਾ ਖੱਬੀ ਸਾਈਡ 'ਤੇ ਆ। ਲਓ ਜੀ ਪਿਆਰੇ, ਅਬਦੁੱਲਾਪੁਰ ਪਹੁੰਚ ਗਏ ਹਾਂ, ਅਤੇ ਅਬਦੁੱਲਾਪੁਰ ਹੁਣ ਅੰਡਰ ਪਾਸ ਨੀਚਿਆਂ 'ਤੇ ਲੰਘਾ ਗਏ, ਨਾਲ ਹੀ ਅੱਗੇ ਸਾਡੇ ਆ ਜਾਏਗਾ ਸੱਚੇ ਹੱਥ ਸਲੂਕੀ ਸ਼ੋਰੂਮ, ਅਤੇ ਕਿਨਾਰ ਰੋਡ ਦੀ ਖੂਬਸੂਰਤੀ ਤਾਂ ਅੰਦਰ ਆਉਂਦੇ ਹਾਂ, ਨਹਿਰ ਫੁੱਲੇ ਹਰਿਆਈ ਹੈ। ਪਿਆਰਿਓ, ਸਲੂਕੀ ਤੋਂ ਗੱਡੀ ਦਾ ਕੰਮ ਕੁੰਮ ਕਰਵਾਇਆ, ਤੇਲ ਚੇਂਜ ਕਰਵਾਇਆ, ਅਤੇ ਉੱਥੇ ਨਮਾਜ਼ ਪੜ੍ਹਨ ਲੱਗ ਪਿਆ ਮੈਂ, ਫਿਰ ਵੀਡੀਓ ਨਹੀਂ ਬਣਾਈ ਗਈ, ਅਤੇ ਹੁਣ ਪਹੁੰਚੇ ਹਾਂ ਜਾ ਰਹੇ ਹਾਂ ਕਚਹਿਰੀ ਬਾਜ਼ਾਰ ਘੰਟਾ ਘਰ, ਕਿਉਂਕਿ ਉੱਥੇ ਜਿਹੜਾ ਮਸ਼ੀਨਦਾਰ ਆ ਇਮੀਡੀਏਟ ਫਾਇਰ ਉਹ ਖਰਾਬ ਹੈ ਨਵੀਂ ਵਾਲਾ, ਅਤੇ ਉਹ ਲਾ ਕੇ ਅਸੀਂ ਇੱਥੋਂ ਜਿਹੜੇ ਅੰਡੀਆਂ ਅੰਡਿਆਂ ਵਾਲੀ ਮਸ਼ੀਨ ਹੈ ਹੁੰਦਾ, ਅਤੇ ਉਸ ਤੋਂ ਬਾਅਦ ਫਿਰ ਪਿੰਡ ਹੋਏਗੀ ਵਾਪਸੀ। ਲਓ ਜੀ ਪਿਆਰੇ, ਉਹ ਸਾਰੇ ਕੰਮ ਕੁੰਮ ਕਰਕੇ ਹੁਣ ਫੈਸਲਾਬਾਦ ਤੋਂ ਵਾਪਸੀ ਦਾ ਸਫ਼ਰ ਹੋ ਗਿਆ ਸ਼ੁਰੂ, ਅਤੇ ਅਸਲ ਵਿੱਚ ਰਸ਼ ਬਹੁਤ ਜ਼ਿਆਦਾ ਸੀ, ਇਫਤਾਰੀ ਦਾ ਵੀ ਟਾਈਮ ਆਉਣ ਵਾਲਾ, ਇਸ ਵਜ੍ਹਾ ਤੋਂ ਫੜ ਲਓ ਪਈ ਹੋਈ ਹੈ, ਅਤੇ ਅਸੀਂ ਜਾ ਰਹੇ ਹਾਂ ਵਾਪਸ, ਅਤੇ ਵਾਪਸ ਪਹੁੰਚ ਕੇ ਵੇਖਾਂਗੇ ਟਾਈਮ ਹੋਇਆ ਤਾਂ ਤੁਹਾਨੂੰ ਜ਼ਰਾ ਹਵੇਲੀ ਦਾ ਵਿਜ਼ਿਟ ਕਰਾ ਦਾਂਗੇ, ਹਵੇਲੀ ਦੇਖ ਲਾਂਗੇ, ਚੱਕਰ ਮਾਰਾਂਗੇ ਕੀ ਅਪਡੇਟ ਫੈਂਸੀ ਮੁਰਗੀਆਂ ਦੀ, ਅਤੇ ਜਾ ਕੇ ਹੁਣ ਹਵੇਲੀ ਕੋਲ। ਲਓ ਜੀ ਪਿਆਰਿਓ, ਅਸੀਂ ਵਾਪਸ ਪਹੁੰਚ ਗਏ ਸਮੁੰਦਰੀ, ਸੂਰਜ ਵੀ ਬਿਲਕੁਲ ਗਰੂਬ ਹੋਣ ਦੇ ਕੋਲ ਕੋਲ ਹੀ ਹੈ, ਜਾ ਕੇ ਟਾਈਮ ਹੈਗਾ ਹਵੇਲੀ ਦੀ ਸੂਰਤ ਹਾਲ ਵੇਖਣੇ ਕੀ ਹੈ। ਲਓ ਜੀ ਪਿਆਰਿਓ, ਯਾਰ ਕੇ ਪਹੁੰਚ ਗਏ ਨੇ ਆਪਣੇ ਪਿੰਡ, ਅਤੇ ਪਿੰਡ ਦਾ ਨਜ਼ਾਰਾ ਤੱਕੋ
ਦੇ ਵਲੋਗ ਦਾ ਕਰਾ ਕੇ ਐਂਡ, ਕਿਉਂਕਿ ਇਫਤਾਰੀ ਦਾ ਟਾਈਮ ਹੋ ਗਿਆ, ਮੇਲੇ ਵੀ ਨਹੀਂ ਜਾਇਆ ਜਾਣਾ ਅਤੇ ਫਾਰਮ 'ਤੇ ਨਹੀਂ ਜਾਇਆ ਜਾਣਾ। ਅਤੇ ਵੀਡੀਓ ਪਸੰਦ ਆਵੇ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਅੱਲਾ ਹਾਫਿਜ਼।